ਆਪਾਂ ਪਹੁੰਚੇ ਥੇ ਖਰਾਦਵਾ, ਆਪਣਾ ਪ੍ਰੈਸ਼ਰ ਫੜੇ ਉਹ ਰੈਗੂਲਰ ਪ੍ਰੈਸ਼ਰ ਕਰਦੇ ਸੀ ਕਿਵੋਂ ਕਿਸ ਤਰ੍ਹਾਂ ਬਣਦਾ ਖਰਾਦਗੀ ਦੇਵੋਂਗੇ ਜਾਣਕਾਰੀ ਆਪਣਾ ਅੱਜ ਖਰੋਦੀ ਰੋਡ ਦਾ ਚੀਕਾ ਖਰਾਦ ਆ ਜੀ ਉਹ ਖਰੋਦੀ ਰੋਡ ਆ ਭਾਈ ਚੀਕਾ ਤਾਂ ਪਰਾਂ ਖਰੋਦੀ ਔਰ ਜਾ ਰਿਹਾ ਜੋ ਆਪਣਾ ਥ੍ਰੈਸਰ ਪੜਿਆ ਉਸ ਠੀਕ ਆ ਬੰਦਾ ਜੀ ਉਹ ਆਪਣਾ ਇਸ ਤੋਂ ਫਿਰ ਆਪਣੀ ਲਗਾ ਇਸ ਬਾਹਰ ਪੁਰਾਣੀ ਬਾਰ ਦੀ ਸੀ ਕਾਢ ਉਹ ਖਰਾਬ ਹੈ ਬਈ ਰੰਪਲ ਹੋਰ ਮੈਨ ਕਿ ਕੋਈ ਟਰਾਲੀ ਗਾ ਰਿਪਰ ਗਾ ਕੰਬਾਈਨ ਗਾ ਟੂਲ ਲਗਵਾਉਣਾ ਸਾਫ ਤੋਂ ਕਿੰਨੂ ਵਾਲੀ ਹੈ ਇੱਕ ਨੰਬਰ ਦਾ ਕੰਮ ਕਰਿਆ ਸਾਰੇ ਬੰਦਾ ਉਸ ਦਿਨ ਰਾਤ ਹੋ ਗਈ ਜੀ ਇਸ ਕਰਕੇ ਪੂਰੀ ਵੀਡੀਓ ਬਣਾ ਨਹੀਂ ਪਾਏ ਆਪਾਂ ਮੇਰਾ ਖਰਾਬ ਖਰਾਬ ਲੱਗ ਰਹੀ ਹੈ ਹੋਰ ਕਿਸ ਤਰ੍ਹਾਂ ਦਾ ਠੀਕ ਹੈ ਆਪਣਾ ਚੱਲ ਰਿਹਾ ਕੰਮ ਚੱਲ ਰਿਹਾ ਲਾ ਰਿਹਾ ਵੀ ਆਪਣਾ ਫਲੈਟ ਬੂਟ ਲੱਗ ਰਿਹਾ ਬਹੁਤ ਵਧੀਆ ਕੰਮ ਕਰਾ ਪਏ ਮਿਸਤਰੀ ਕੀ ਉਮਰ ਕਮ ਦਾ 50-55 ਸਾਲ ਕੀ ਹੋ ਗਈ ਮਿਸਤਰੀ ਦਾ ਮਿਸਤਰੀ ਹੈ ਪਹਿਲਾਂ ਉਹਦਾ ਲਾਭ ਹੈ ਰਾਮਪੁਰ ਦਾ ਨਾਮ ਦਾ ਫਰਾਂ ਦੀ ਦੁਕਾਨ ਹੈ ਲਗਭਗ 20-30 ਸਾਲ ਦਾ ਐਕਸਪੀਰੀਅੰਸ ਹੈ ਬਾਈ ਔਰ ਇਹ ਕੰਮ ਬਹੁਤ ਵਧੀਆ ਬਣਾਵਾ ਥ੍ਰੈਸਰ ਹੋ ਬਾਸਕਟ ਹੋ ਕੰਪੈਨ ਦਾ ਕੋਈ ਆਪਣਾ ਉੱਗਰ ਬਣਾਉਣਾ ਹੋ ਕਟਰ ਵਾਲ ਬਣਵਾਉਣਾ ਹੋ ਫਰੋਦੀ ਰੋਡ ਪੈ ਗੁੱਲਾ ਚੀਕਾ ਮੈਂ ਪੜਾਏ ਹੋ ਨੰਬਰ ਦੇਵਾਂਗੇ ਆਪਣਾ ਜੋ ਨੰਬਰ ਆ ਬਾਈ ਇਸ ਭਾਈ ਨੇ ਫੋਨ ਫਾਨ ਕਰਕੇ ਪੁੱਛਣਾ ਕੁਛ ਵੀ ਕਾਰਡ ਤਾਂ ਦੇਖ ਲਿਓ ਆਪ ਇੱਕ ਨੰਬਰ ਦਾ ਕੰਮ ਕਰ ਆਪਣਾ ਖਰਾਦ ਕਹਿਣ ਪੂਰਾ ਵਧੀਆ ਇਹ ਜਿਹੜਾ ਕੰਮ ਜ਼ਿਆਦਾ ਜਾਂ ਮਿਸਤਰੀ ਉਹ ਪੈਕਿੰਗ ਦੇਣੀ ਬੜਾ ਹੈ ਭਾਈ ਇਹੋ ਕੂਣਾ ਕੰਮ ਲੱਗ ਰਿਹਾ ਆਪਣਾ ਇਹ ਵੀ ਕੂਣਾ ਪੂਰਾ ਪੈਕਿੰਗ ਟੇਕਣੀ ਪੜੇਗੀ ਪੱਤੀ ਬਣਾ ਰਹੀ ਹਾਂ ਮਿਸਤਰੀ ਦਾ ਸਹੀ ਆ ਜਾਏਗੀ ਫਿਰ ਉਹ ਪੈਕਿੰਗ ਰੱਖਣ ਫਲਵਾ ਬੈਲਡਿੰਗ ਲਾਓ ਇਨਕਾ ਪੱਕਾ ਕੰਮ ਹੋ ਜਾਏਗਾ ਇਸ ਤਰ੍ਹਾਂ ਬਾਈ ਥ੍ਰੈਸਰ ਦਾ ਬਾਹਰ ਲੱਗ ਗਿਆ ਇਹ ਉੱਥੇ ਲਾ ਰੱਖਿਆ ਪੈਕਿੰਗ ਲੱਗ ਰਹੀ ਆ ਫਿਰ ਬੈਲਡਿੰਗ ਲੇਅਰ ਲਾ ਦੇਗਾ ਲੰਬੀ ਦੇਖ ਲਓ 0-0 ਕਰ ਦਿਆ ਬਿਲਕੁਲ ਕੰਮ 25-30 ਸਾਲ ਦਾ ਐਕਸਪੀਰੀਅੰਸ ਹੈ ਬਾਈ ਬੰਦਾ ਦਾ ਬਿਲਕੁਲ ਇਹਨੇ ਇੱਕ ਨੰਬਰ ਕੰਮ ਕਰਨਾ ਨਟਾਂ ਨਾ ਕੱਟਦੇ ਆ ਖਰਾਬ ਕਰਦੇ ਆ ਫਿਰ ਨਵੇਂ ਨਟ ਲਿਆਣੇ ਪੈਣੇ ਮਿਸਤਰੀ ਨੇ ਆਪਣੇ ਸਾਰੇ ਨੈੱਟ ਪੁਰਾਣੇ ਲਾ ਦਿੱਤੇ ਸੀ ਗੋਤੀ ਲਾਉਣ ਵਾਸਤੇ ਆਪਾਂ ਨੇ ਉਹ ਖਰਾਬ ਥੋੜ੍ਹਾ ਕਰਾ ਦਿਆ ਮਗਰ ਲਾ ਵੀ ਆਪਣਾ ਕੰਮ ਬਣ ਗਿਆ ਇੱਕ ਨੰਬਰ ਜੀ ਪਹਿਲਾਂ ਇਸਮਾਂ ਬੂਸ ਨਹੀਂ ਤਾਂ ਲੋਵਾ ਲੋਵਾ ਨਾ ਕੱਟਦੇ ਕਰ ਇਹ ਪਿੱਤਲ ਦਾ ਬੂਸ ਠਕਵਾ ਦੀ ਮੈਂ ਫਲੈਟ ਦਾ ਸਿਸਟਮ ਹੈ ਜੀ ਔਰ ਇਸ ਕਾ ਜੀ
ओके काम हो गया कटागा ये बुश कट जाएगा दोबारा पड़ जाएगा असलम इतना खेती कट कर लिया लोहा लोहा का था पहले खेत काटते कर आज की वीडियो थी अपनी उड़ी तक भाई तो फिर मिलेंगे आपको कोई नई वीडियो के लिए।